ਦਵਾਈਆਂ ਅਤੇ ਸਬਜ਼ੀਆਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਨੇ ਅਤੇ ਜੇਕਰ ਕੋਈ ਵੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਸਬਜ਼ੀ ਵਿਕਰੇਤਾਵਾਂ ਵੱਲੋਂ ਮਹਿੰਗੇ ਭਾਅ 'ਤੇ ਵੇਚੀ ਜਾ ਰਹੀ ਸਬਜ਼ੀ ਸੰਬੰਧੀ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਕੁਝ ਅਜਿਹੇ ਮਾਮਲੇ ਆਏ ਨੇ ਜਿਸ ਸੰਬੰਧੀ ਉਕਤ ਸਬਜ਼ੀ ਵਿਕਰੇਤਾਵਾਂ ਅਤੇ ਮੰਡੀ ਅਫਸਰ ਨੂੰ ਕਾਰਵਾਈ ਲਈ ਆਦੇਸ਼ ਦਿੱਤੇ ਗਏ ਨੇ। ਕੱਲ ਮੇਰੇ ਨੋਟਿਸ 'ਚ ਆਇਆ ਸੀ ਯੂਕਰੇਨ ਤੋਂ ਇੱਕ ਟੂਰਿਸਟ ਹੈਗੇ ਆ ਜਿਹੜੇ ਧਰਮਸ਼ਾਲਾ ਤੋਂ ਆਏ ਸੀ, ਇੱਥੇ ਇੱਕ ਹੋਟਲ 'ਚ ਰਹਿ ਰਹੇ ਸੀ ਅਤੇ ਉਹ ਵਾਪਸ ਜਾਣਾ ਚਾਹੁੰਦੇ ਸੀ। ਸੋ ਅਸੀਂ ਉਹਨਾਂ ਦਾ ਅਰੇਂਜਮੈਂਟ ਕਰਵਾ ਰਹੇ ਹਾਂ ਕਿ ਉਹ ਦਿੱਲੀ ਚਲੇ ਜਾਣ। ਸੋ ਐਡਮਿਨਿਸਟ੍ਰੇਸ਼ਨ ਵਿਲ ਅਰੇਂਜ ਵਹੀਕਲ ਫੋਰ ਹਰ ਐਂਡ ਜਦੋਂ ਵੀ ਉਹਨਾਂ ਦੀ ਕੋਈ ਫਲਾਈਟ ਉੱਥੋਂ ਚੱਲੇਗੀ ਤਾਂ ਉਹ ਆਪਣੇ ਮੁਲਕ ਵਾਪਸ ਜਾ ਸਕਦੇ ਆ। ਸੋ ਉਹ ਸੈਟਿਸਫਾਈਡ ਨੇ, ਜੋ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਹੈਲਪ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕਰਾਂਗੇ ਕਿ ਜਲਦੀ ਉਹ ਆਪਣੇ ਮੁਲਕ ਵਾਪਸ ਚਲੀ ਜਾਏ। ਕੁਛ ਪੇਮੈਂਟ ਨੂੰ ਲੈ ਕੇ ਦਿੱਕਤ ਆਈ ਸੀਗੀ ਅਤੇ ਹੋਟਲ ਵਾਲੇ ਓਨਰ ਦੇ ਨਾਲ ਗੱਲ ਕੀਤੀ ਹੈ ਅਤੇ ਹੁਣ ਉਹ ਸੋਰਟਡ ਆਊਟ ਹੈ। ਸਟ੍ਰਿਕਟਲੀ ਸੈਕਟਰ ਆਫੀਸਰਸ ਨੂੰ ਵੀ ਕਿਹਾ ਗਿਆ ਹੈ, ਪੁਲਿਸ ਨੂੰ ਵੀ ਕਿਹਾ ਗਿਆ ਹੈ ਕਿ ਕੋਈ ਵੀ ਆਮ ਨਾਗਰਿਕ ਮੰਡੀ ਦੇ ਵਿੱਚ ਆ ਕੇ ਖਰੀਦ ਨਹੀਂ ਕਰ ਸਕਦਾ ਹੈ। ਜੋ ਸਬਜ਼ੀ ਹੈ ਉਹ ਰੇਹੜੀਆਂ ਦੇ ਥਰੂ ਜਾਂ ਛੋਟੇ ਗੱਡੀਆਂ ਦੇ ਥਰੂ ਗਲੀ ਗਲੀ ਜਾ ਕੇ ਹੀ ਵੇਚੀ ਜਾਏਗੀ ਅਤੇ ਜੇ ਇਸ ਦੀ ਕੋਈ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਜਾਂ ਜੇ ਕੋਈ ਵੈਜੀਟੇਬਲ ਵੈਂਡਰ, ਕੋਈ ਸਬਜ਼ੀ ਵਿਕਰੇਤਾ ਜ਼ਿਆਦਾ ਪ੍ਰਾਈਸ ਲਗਾਏਗਾ ਤਾਂ ਉਹਦੇ 'ਤੇ ਸਖ਼ਤ ਕਾਰਵਾਈ ਹੋਏਗੀ। ਇਸ ਬਾਰੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਅਤੇ ਅਜਿਹਾ ਕੋਈ ਕੇਸ ਜੇ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇਗਾ। ਅਸੀਂ ਡਿਸਟ੍ਰਿਕਟ ਮੰਡੀ ਆਫੀਸਰ ਨੂੰ ਵੀ ਹਦਾਇਤ ਕੀਤੀ ਹੈ ਕਿ ਡੇਲੀ ਦੇ ਜੋ ਸਬਜ਼ੀਆਂ ਦੇ ਰੇਟ ਲਿਸਟ ਹੈਗੇ ਆ ਉਹ ਪਬਲਿਸ਼ ਕੀਤੇ ਜਾਣ ਵੈਬਸਾਈਟ 'ਤੇ ਵੀ, ਮੀਡੀਆ ਦੇ ਥਰੂ ਵੀ, ਅਤੇ ਜਿਹੜੇ ਸਬਜ਼ੀ ਵਿਕਰੇਤਾ ਮੰਡੀਆਂ 'ਚੋਂ ਜਾਣਗੇ ਉਹਨਾਂ ਨੂੰ ਵੀ ਇੱਕ ਰੇਟ ਲਿਸਟ ਦਿੱਤੀ ਜਾਏਗੀ DMO ਵੱਲੋਂ ਸਾਈਨ ਕੀਤੀ ਹੋਈ, ਜਿਹਦੇ ਤੋਂ ਵੱਧ ਜੇ ਉਹ ਚਾਰਜ ਕਰੇਗਾ ਤਾਂ ਉੱਤੇ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਅਸੀਂ ਜਿੰਨੇ ਹਜੇ ਤੱਕ ਬਲੈਕ ਮਾਰਕੀਟਿੰਗ ਦੀਆਂ ਕੰਪਲੇਂਟਸ ਆਈਆਂ ਸੀ ਉਹ ਵੈਰੀਫਾਈ ਕਰਵਾਉਣ ਤੋਂ ਬਾਅਦ 42 ਦੇ ਕਰੀਬ FIRs ਕਰ ਚੁੱਕੇ ਹਾਂ। ਕੁਛ ਅਸੀਂ ਕੈਮਿਸਟ 'ਤੇ ਨੋਟਿਸ ਵੀ ਕੱਢੇ ਹੈ ਜਿਨ੍ਹਾਂ ਦੀਆਂ ਅਸੀਂ ਕੰਪਲੇਂਟਸ ਆਈਆਂ ਹੈਗੀਆਂ ਕਿ ਜੇਕਰ ਉਹਨਾਂ ਦਾ ਬਲੈਕ ਮਾਰਕੀਟਿੰਗ ਦੀਆਂ ਕੰਪਲੇਂਟਸ ਵੈਰੀਫਾਈ ਹੁੰਦੀਆਂ ਤਾਂ ਉਹਨਾਂ 'ਤੇ ਵੀ ਸਖ਼ਤ ਕਾਰਵਾਈ ਕੀਤੀ ਜਾਏਗੀ। Are you ready to study? We have the Hoshiarpur's number one institute, well-equipped, labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.